ਕੈਨੇਡਾ ਜਾਣ ਦੀ ਜ਼ਿੱਦ ਕੀਤੀ ਤਾਂ ਤੇਰੀਆਂ ਲੱਤਾਂ ਤੋੜ ਦੇਵਾਂਗਾ। ਮੈਂ ਆਪਣੇ ਬੱਚਿਆਂ ਨੂੰ ਕਿਹਾ ਕਿ ਜੇ ਤੁਸੀਂ ਕੈਨੇਡਾ ਜਾਣ ਦੀ ਜ਼ਿੱਦ ਕੀਤੀ ਤਾਂ ਤੇਰੀਆਂ ਲੱਤਾਂ ਤੋੜ ਦਾਂਗਾ। ਕੈਨੇਡਾ ਜਾਣ ਦੀ ਸੋਚੀ ਤੇ ਕਰ ਦੇਵਾਂਗਾ ਬੇਦਖਲ ਪੁੱਤਰ ਜੀ। ਤੁਸੀਂ ਜ਼ਿੱਦ ਕਰੋਗੇ ਤਾਂ ਮੈਂ ਤੁਹਾਨੂੰ ਬੇਦਖਲ ਕਰ ਦਾਂਗਾ ਪੁੱਤਰ ਜੀ। ਪਿਓ ਨੇ ਪੁੱਤ ਦੇ ਕਮਰੇ 'ਚ ਲਾਏ ਪੋਸਟਰ। ਜੀ ਹਾਂ, ਇਹ ਤਸਵੀਰਾਂ ਉਸ ਪੁੱਤ ਦੇ ਕਮਰੇ ਦੀਆਂ ਨੇ ਜਿਸ ਦੇ ਪਿਤਾ ਦੇ ਵੱਲੋਂ ਹੀ ਕੰਧਾਂ ਤੇ ਇਹ ਪੋਸਟਰ ਲਾਏ ਗਏ ਨੇ ਤੇ ਸਾਫ਼ ਚੇਤਾਵਨੀ ਦਿੱਤੀ ਗਈ ਹੈ ਕਿ ਕੈਨੇਡਾ ਜਾਣ ਦੀ ਗੱਲ ਵੀ ਨਹੀਂ ਕਰਨੀ, ਜ਼ਿੱਦ ਵੀ ਨਹੀਂ ਕਰਨੀ ਤੇ ਸੋਚਣਾ ਵੀ ਨਹੀਂ ਹੈ। ਮੈਂ ਆਪਣੇ ਬੱਚਿਆਂ ਦੇ ਬੈਡਰੂਮਾਂ ਦੇ ਵਿੱਚ ਪੋਸਟਰ ਲਾਏ ਨੇਗੇ ਕਿ ਉਹ ਜੇ ਕੈਨੇਡਾ ਜਾਣਗੇ ਤਾਂ ਮੈਂ ਉਹਨਾਂ ਨੂੰ ਬੇਦਾਖਲ ਕਰ ਦਾਂਗਾ, ਔਰ ਜੇ ਕਿਸੇ ਦਾ ਬੱਚਾ ਕੋਈ ਜ਼ਿੱਦ ਕਰਦਾ ਹੈਗਾ ਉਹਨੂੰ ਬਾਹਰ ਭੇਜਣ ਦੀ ਜ਼ਿੱਦ ਕਰਦਾ ਤਾਂ ਉਹਨੂੰ ਆਪਣੇ ਬੱਚੇ ਨੂੰ ਬੇਦਾਖਲ ਕਰੋ, ਕੁਛ ਕਰੋ, ਉਹਨੂੰ ਬਾਹਰ ਜਾਣ ਤੋਂ ਰੋਕੋ, ਔਰ ਆਪਣੀ ਜਵਾਨੀ ਅਤੇ ਆਪਣੀ ਕਿਰਸਾਨੀ ਨੂੰ, ਆਪਣੇ ਪੈਸੇ ਨੂੰ ਆਪਣੇ ਕੋਲ ਰੱਖੋ। ਕੀ ਕਰੋਗੇ ਐਸਾ ਪੈਸਾ ਜਿਹੜਾ ਤੁਹਾਡੇ ਕਿਸੇ ਕੰਮ ਨਹੀਂ ਆਏਗਾ। ਅਜਿਹਾ ਇਸ ਪਿਤਾ ਦੇ ਵੱਲੋਂ ਇਸ ਲਈ ਕੀਤਾ ਗਿਆ ਹੈ ਕਿਉਂਕਿ ਆਏ ਦਿਨ ਕੈਨੇਡਾ ਤੋਂ ਵਿਦੇਸ਼ਾਂ ਤੋਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ ਤੇ ਆਪਣੇ ਬੱਚੇ ਦੀ ਜਾਨ ਬਚਾਉਣ ਦੇ ਲਈ ਉਸਨੇ ਇਹ ਪੋਸਟਰ ਆਪਣੇ ਪੁੱਤ ਦੀਆਂ ਕਮਰੇ ਦੀਆਂ ਕੰਧਾਂ ਤੇ ਲਾ ਦਿੱਤੇ ਨੇ। ਇਹਨਾਂ ਪੋਸਟਰ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜੇ ਕੈਨੇਡਾ ਜਾਣ ਦੀ ਜ਼ਿੱਦ ਕੀਤੀ ਤਾਂ ਤੇਰੀਆਂ ਲੱਤਾਂ ਤੋੜ ਦੇਵਾਂਗਾ। ਦੂਜੇ ਪੋਸਟਰ 'ਚ ਲਿਖਿਆ ਹੋਇਆ ਹੈ ਕੈਨੇਡਾ ਜਾਣ ਦੀ ਸੋਚੀ ਤੇ ਕਰ ਦੇਵਾਂਗਾ ਬੇਦਖਲ ਪੁੱਤਰ ਜੀ। ਇਸ ਪੋਸਟਰ ਦੇ ਨਾਲ ਇਸ ਪਿਤਾ ਦੇ ਵੱਲੋਂ ਆਪਣੀ ਝਿੜਕਾਂ ਮਾਰਦਿਆਂ ਦੀ ਤਸਵੀਰ ਵੀ ਲਾਈ ਗਈ ਹੈ ਤਾਂ ਜੋ ਇਸ ਪੁੱਤ ਨੂੰ ਹਮੇਸ਼ਾ ਯਾਦ ਰਹੇ ਕਿ ਕੈਨੇਡਾ ਜਾਣ ਤੇ ਉਸਦੇ ਪਿਤਾ ਨੂੰ ਕਿੰਨਾ ਗੁੱਸਾ ਆਉਂਦਾ ਹੈ। ਮੈਂ ਦੱਸਣਾ ਚਾਹੁੰਦਾ ਜਿਹੜੇ ਬੱਚੇ ਤੁਹਾਡੇ ਜ਼ਿੱਦ ਕਰਦੇ ਨੇ ਕੈਨੇਡਾ ਜਾਣ ਵਾਸਤੇ, ਕਮਾਉਣ ਵਾਸਤੇ, ਅਸੀਂ ਜਾਣਾ ਜਾਣਾ ਜਾਣਾ, ਤੁਸੀਂ ਜ਼ਮੀਨ ਵੇਚ ਰਹੇ ਹੋ, ਉਹ ਜ਼ਮੀਨਾਂ ਨਾ ਵੇਚੋ, ਆਪਣੀਆਂ ਪ੍ਰਾਪਰਟੀਆਂ ਨਾ ਵੇਚੋ, ਬੱਚੇ ਨੂੰ ਕਹਿ ਦਿਓ ਕਿ ਤੂੰ ਸਾਡੇ ਘਰ ਤੋਂ ਚਲਾ ਜਾ, ਆਪਦੇ ਸਿਰ 'ਤੇ ਕਮਾ, ਬੇਦਖਲ ਕਰ ਦੇਵਾਂਗੇ ਅਸੀਂ ਤੈਨੂੰ ਕੁਝ ਵੀ ਨਹੀਂ ਦੇਣਾ। ਇਸ ਕਰਕੇ ਜਦੋਂ ਤੂੰ ਸਾਡੇ ਬੱਚਿਆਂ ਦੀ ਉੱਥੇ ਜਾ ਕੇ ਮੌਤ ਹੋ ਰਹੀ ਹੈ ਤਾਂ ਉਹਦੇ ਵਾਸਤੇ ਵੀ ਸਾਨੂੰ 25-25 ਲੱਖ ਰੁਪਈਆ ਲਾ ਕੇ ਉਹਨਾਂ ਦੀਆਂ ਡੈੱਡ ਬੋਡੀਆਂ ਲੈ ਕੇ ਆਉਣੀਆਂ ਪੈ ਰਹੀਆਂ ਨੇ। ਭਵਾਨੀਗੜ੍ਹ ਦੇ ਰਣਜੀਤ ਸਿੰਘ ਨਾਮਕ ਇਸ ਵਿਅਕਤੀ ਦੇ ਵੱਲੋਂ ਆਪਣੇ ਪੁੱਤ ਦੇ ਕਮਰੇ 'ਚ ਇਹ ਪੋਸਟਰ ਲਗਾਏ ਗਏ ਨੇ। ਨਾਲ ਹੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਵਿਦੇਸ਼ਾਂ ਵਿੱਚ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਸ ਤੋਂ ਬੇਹੱਦ ਪਰੇਸ਼ਾਨ ਨੇ ਤੇ ਉਹ ਨਹੀਂ ਚਾਹੁੰਦੇ ਕਿ ਉਹ ਆਪਣੇ ਪੁੱਤ ਨੂੰ ਬਾਹਰ ਭੇਜਣ। ਇਸ ਲਈ ਉਹਨਾਂ ਨੇ ਆਪਣੇ ਪੁੱਤ ਦੇ ਕਮਰੇ 'ਚ ਇਹ ਪੋਸਟਰ ਲਗਾਏ ਨੇ ਕਿ ਜਦੋਂ ਵੀ ਉਹ ਸਵੇਰੇ ਉੱਠੇ, ਬੈਠੇ ਜਾਂ ਕਮਰੇ 'ਚ ਮੌਜੂਦ ਹੋਵੇ ਤਾਂ ਉਸਨੂੰ ਇਹ ਯਾਦ ਰਹੇ ਕਿ ਉਸਨੇ ਕੈਨੇਡਾ ਨਹੀਂ ਜਾਣਾ ਹੈ ਤੇ ਨਾ ਹੀ ਕੈਨੇਡਾ ਜਾਣ ਦੀ ਕੋਈ ਗੱਲ ਕਰਨੀ ਹੈ। ਨਾਲ ਹੀ ਰਣਜੀਤ ਸਿੰਘ ਦੇ ਵੱਲੋਂ ਹੋਰਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵਿਦੇਸ਼ ਵਿੱਚ ਆਪਣੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਜਾਨ ਜੋਖਮ 'ਚ ਨਾ ਪਾਓ ਬਲਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਮਿਹਨਤ ਕਰਨਾ ਸਿਖਾਓ ਤਾਂ ਜੋ ਉਹਨਾਂ ਦੀ ਵੀ ਜ਼ਿੰਦਗੀ ਬਚ ਸਕੇ ਤੇ ਮਾਪਿਆਂ ਨੂੰ ਵੀ ਪਰੇਸ਼ਾਨ ਨਾ ਹੋਣਾ ਪਵੇ। ਸਾਡੇ ਪੰਜਾਬ ਦੇ ਅਨੇਕਾਂ ਬੱਚਿਆਂ ਦੀਆਂ ਜਾਨਾਂ ਉੱਥੇ ਕੈਨੇਡਾ ਹੁਣ ਤੱਕ ਜਾ ਚੁੱਕੀਆਂ ਨੇ ਜਿਹਦੇ ਪਿੱਛੇ ਨਾ ਕੋਈ ਸਰਕਾਰ, ਕੋਈ ਨਾ ਇੱਥੋਂ ਭੇਜਣ ਵਾਲੇ ਮਾਪੇ ਚਿੰਤਤ ਨੇ। ਸਾਡਾ ਸਮਾਜ ਕਿੱਧਰ ਜਾ ਰਿਹਾ? ਪੈਸੇ ਦੀ ਖਾਤਰ, ਹੋੜ ਦੀ ਖਾਤਰ ਵਿੱਚ ਲੱਗ ਕੇ ਆਪਣੇ ਬੱਚਿਆਂ ਦੀ ਜਵਾਨੀ ਨੂੰ, ਆਪਣੀ ਕਿਰਸਾਨੀ ਨੂੰ, ਪੰਜਾਬ ਨੂੰ ਬਰਬਾਦ ਕਰਨ ਲੱਗ ਪਏ ਨੇ। ਆਪਣੇ ਹੱਥੀਂ ਬੂਟੇ ਲਾ ਕੇ ਆਪਣੇ ਬਾਗ ਉਜਾੜਨ ਲੱਗ ਪਏ ਨੇ। ਇਸ ਤੋਂ ਮਦਭਾਗੀ ਘਟਨਾ ਹੋਰ ਕੀ ਹੋ ਸਕਦੀ ਹੈ? ਸਾਡੇ ਧੀਆਂ ਪੁੱਤਾਂ ਲਈ ਅਸੀਂ 20-25 ਲੱਖ ਰੁਪਈਆ ਲਾ ਕੇ ਇੱਥੇ ਬਹੁਤ ਕੁਛ ਕਰ ਸਕਦੇ ਹਾਂ। ਸਾਡੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਸਾਡੀਆਂ ਆਪਣੀਆਂ ਇੰਨੀਆਂ ਕੁ ਫਸਲਾਂ ਹੁੰਦੀਆਂ ਨੇ, ਇੰਨੀ ਕੁ ਦਰਾਮਦ ਬਰਾਮਦ ਅਸੀਂ ਕਾਰੋਬਾਰ ਕਰ ਸਕਦੇ ਹਾਂ। ਅਸੀਂ ਸਾਡੀ ਪੂਰੀ ਦੁਨੀਆ ਦੇ ਵਿੱਚ, ਸਾਡੀ ਧਰਤੀ 'ਤੇ ਪੰਜਾਬ ਇੱਕ ਐਸਾ ਸੂਬਾ ਹੈਗਾ ਜਿਹਨੂੰ ਅਸੀਂ ਜੋ ਵੀ ਅਸੀਂ ਬੀਜਾਂਗੇ ਉਹ ਹਰਾ, ਉਹ ਸਾਨੂੰ ਉਪਜ ਦਿੰਦੇ ਆ। ਉਪਜਾਊ ਧਰਤੀ ਹੈ ਸਾਡੀ ਇੰਨੀ ਕੁ। ਕੀ ਲੱਗਦਾ ਕੀ ਕਾਰਨ ਹੋ ਸਕਦਾ ਤੁਹਾਡੇ ਸਾਹਮਣੇ ਜਿਹੜਾ ਹਾਰਟ ਅਟੈਕ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਕੈਨੇਡਾ ਵਿੱਚ? ਹਾਰਟ ਅਟੈਕ ਦੀ ਮੌਤ ਦਾ ਕਾਰਨ ਬਹੁਤ ਵੱਡਾ ਹੈ ਜੀ। ਉੱਥੇ ਦੀ ਜਿਹੜੀ ਧਰਤੀ ਆ, ਉੱਥੇ ਦਾ ਇਨਵਾਇਰਮੈਂਟ ਹੈ, ਉੱਥੇ ਦਾ ਪੌਣ ਪਾਣੀ ਆ, ਉਹ ਸਾਡੇ ਨਾਲ ਨਹੀਂ ਰਲਦਾ ਮਿਲਦਾ। ਉੱਥੇ ਦਾ ਖਾਣ ਪੀਣ ਨਹੀਂ ਸਾਡੇ ਨਾਲ ਰਲਦਾ ਮਿਲਦਾ। ਉਹ ਜ਼ਿਆਦਾਤਰ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਬਹੁਤ ਅੱਗੇ ਵਧੇ ਹੋਏ ਲੋਕ ਹਾਂ, ਪਰ ਉੱਥੇ ਖਾਣਾ ਕੀ ਮਿਲਦਾ? ਬਣਿਆ ਬਣਾਇਆ ਖਾਣਾ ਜਿਹੜਾ ਫਰਿੱਜਾਂ ਦੇ ਵਿੱਚ ਬਣਦਾ ਹੈਗਾ ਉਹਨੂੰ ਗਰਮ ਕਰੋ, ਪਕਾਓ ਅਤੇ ਖਾਓ। ਫਰਿੱਜ ਇੱਕ ਐਸੀ ਬਿਮਾਰੀ ਹੈ, ਫਰਿੱਜ ਦੇ ਵਿੱਚ ਤੁਸੀਂ ਜੋ ਸ਼ਾਮ ਨੂੰ ਬਣਾਓਗੇ, ਰਾਤ ਨੂੰ ਰੱਖੋ ਤਾਂ ਸਵੇਰ ਨੂੰ ਖਾਓਗੇ ਤਾਂ ਉਹਦੇ ਬੈਕਟੀਰੀਆ ਨੇ ਜਿਹੜੇ ਵਿੱਚ, ਜਿਹੜੇ ਸਾਨੂੰ ਭੋਜਨ ਤੱਤ ਦਿੰਦੇ ਨੇ ਉਹ ਮਰ ਜਾਂਦੇ ਨੇ, ਔਰ ਜਿਹੜੇ ਬਿਮਾਰੀਆਂ ਲਾਉਂਦੇ ਨੇ ਉਹ ਵੱਧ ਜਾਂਦੇ ਨੇਗੇ। ਇਸ ਕਰਕੇ ਉਹ ਫਰਿੱਜਾਂ ਦਾ ਖਾਣਾ ਖਾਂਦੇ ਨੇ ਬੱਚੇ। ਔਰ ਸਭ ਤੋਂ ਵੱਡੀ ਗੱਲ ਚਿੰਤਤ ਇਸ ਗੱਲ ਦੀ, ਜਿਸ ਕਿਸੇ ਬੱਚੇ ਨੂੰ ਉੱਥੇ ਕੰਮ ਨਹੀਂ ਮਿਲਦਾ ਤਾਂ ਉਹ ਚਿੰਤਤ ਹੋ ਜਾਂਦਾ, ਮਨੋਵਿਗਿਆਨਕ ਤੌਰ 'ਤੇ ਉਹ ਕਮਜ਼ੋਰ ਹੋ ਜਾਂਦੇ ਨੇ, ਔਰ ਉਹਨਾਂ ਦੀ ਸਰੀਰਕ ਸਮਰੱਥਾ ਘੱਟਦੀ ਜਾਂਦੀ ਹੈ, ਸੋਚਣ ਸ਼ਕਤੀ ਘੱਟਦੀ ਜਾਂਦੀ ਹੈ, ਹੋਰ ਪਾਸੇ ਸੋਚਣ ਲੱਗਦੇ ਨੇ, ਗਲਤ ਕਮਾਈ ਦੇ ਤਰੀਕੇ ਸੋਚਦੇ ਨੇ, ਫਿਰ ਉਹ ਸਾਡੇ ਬੱਚਿਆਂ ਨੂੰ ਉੱਥੇ ਜਾ ਕੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇਗੇ, ਔਰ ਨਸ਼ੇ ਹੀ ਸਾਰੇ ਕਾਰਨ ਉੱਥੇ ਸਾਡੇ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਬਹੁਤ ਹੀ
बेहद दुखदाई ने कि जिहड़े साडे बच्चों दी उत्थे मौतां हो रही ने उन्होंने बचाउण दे लई ना साडी इत्थों पंजाब सरकार कोई एग्रीमेंट करदी है ना भारत सरकार एग्रीमेंट करदी है ना जिस देश दे विच कनेडा वर्गे जिथे कि बहुत ज़्यादा स्नो पैंदी है बर्फ पैंदी है जो उत्थे दा साडा तापमान है असीं उत्थे नूं नहीं ब्लॉक कर सकदे हैगे। हाँ बिल्कुल वो मैं पोस्टर लाया भी मैं जो कि मेरा कोई भी बच्चा कनेडा वाल मूँह करेगा मैं उसे बेदखल कर दाँगा। मैं कनेडा की धरती से ऐसे 35 शब्द ने पंजाब की भाषा के किसी समय के अंग्रेज महाराजा रणजीत सिंह के राज वेले अंग्रेज साढ़े पंजाब की पंजाबी भाषा लिए आईलैट्स कर आते अज हद हो गई भी साढ़े बच्चे एक ममूली जी 35 अक्षर का महाराज ने सानू गुरु पंजाब की धरती ने 35 अक्षर ने पंजाबी भाषा के और अंग्रेजी के 26-25 ने 25-26 ने और अस ज्यादा अक्षर किस दे हो पंजाबी दे जां अंग्रेजी दे साडे बच्चों नूं ये होड़ है ये होड़ दे विच आ के अपना ते अपने बख्यां दा बच्चों का अपनी अपना आने वाला भविख खराब कर रहे हैं। पोस्टर लाते करे फिर बच्चे जिद करते हैं कनेडा जाने नहीं नहीं सीधा कह रखे मैं बेदखल कर दाँगा मेरे कोई पैसा नहीं जाना घूमन जाओ अपना इंजॉय करना देखना जो दुनिया के विच देखने लिए बहुत स्थान ने पूरी दुनिया देखो अपने सिर पर अपने पैसे के दम से अपने कारोबार के दम से अपने पैरों सिर खड़े होकर जो मर्जी देखो जिते मर्जी जाओ उस दे विच किसी नूं भी कोई रोक नहीं हो सकता। पैसा भी कुछ भी नहीं होता। हाँ पैसा कुछ नहीं होता सब तो वड्डा साडा मकसद है असीं जिउणा है असीं हेठां धरती ते पैसे गिणी जाने उपर रब साढ़े सह गिणी जाता है उस गल का भी की फायदा कि उपरों हेठां पैसे वधी जाण ते उपरों रब साढ़े सह घटाई जाए उस गल का भी कोई फायदा नहीं है। असीं पूरी दुनिया के कलयुग के 125 साल उम्र बंदे की है साढ़े लोग 60 साल निपट रहे हैं हैरानी की हद तो उस समय हो रही है भी साढ़े बच्चे फॉरन कंट्री के जाके 20-25 साल के बच्चों की डैथ हो रही है मापियां के इकलौते धियां पुत्र ने जिन्हां करके सानू बेहद दुखदाली गल हैगी उस अफसोस की घड़ी के सानू सारे पंजाब नू हंबला मारना चाहिए कि आओ असीं अपने बच्चों बाहर जाने की बजाय असीं इत्थे उन्होंने IPS PCS चंगे अफसर बनाईए चंगा उन्होंने वकील की पढ़ाई कराइए चंगे उन्होंने कारोबारी बनाइए चंगी खेतीबाड़ी की सेध दईए कि वह अपने पैर सिर अपने पंजाब नू अपने पंजाबीयत की होद नू बचा के रख। जिवें तुसीं उपराला कीता अपने बेटे के बेडरूम च पोस्टर लाया भी जे कनेडा जाने की सोची तो तैनू बेदखल कर दूँ जे इदां ही होर मापां नू तुसीं सेधा देना चाहुंदे हो भी सेध भी इदां कर लूंगी। बिल्कुल बिल्कुल मैं बच्चों नू यही कहना चाहुंदा कि बच्चो तुसीं अपने पंजाब की पंजाबी बोली नू छड्ड के किसी भी खिते विच चले जाओ पर अपनी पंजाबी बोली दे नाल जो तुसीं अपना कारोबार अपना व्यापार करोगे तो तुहानू दिन दुगनी रात चौगनी तरक्की मिलेगी क्योंकि पंजाब पूरे भारत दे विच असीं मेहनतकश ते दिमाग वाले लोग आगे पूरे पंजाब दे विचों क्योंकि असीं एक नवी उपज साडे दिमाग दे विच असीं गुरबाणी नूं पढ़ के जिहड़ी असीं सेध लैंदे आ जां धार्मिक ग्रंथ पढ़ के असीं सेध लैंदे आ उह सेधां पूरी दुनिया दे विच होर किते भी नहीं वह दूसरे देशों के लोग ने जोड़े साढ़े ना कहें असी अगे हाँ वह भी गुरबाणी का अध्ययन करके अगे वधे ने असी हुण करन लगांगे तो थोड़ा थोड़ा असी उन्होंने आने वाले समय के साड़ियां पीढ़ियां उन्होंने बराबर खड़नगियां और उस लोग साढ़े तो महाराजा रणजीत सिंह के राज वेले की गल है 18 जदों महाराजा रणजीत सिंह का राज आया तो उदों पंजाबी गोरे से जोड़े वो पंजाब की सिक्ख्या हासिल करने पंजाब के महाराजा रणजीत सिंह के दरबार के नौकरियां करते अज साढ़े बच्चे जाके उन्होंने अंग्रेजों नू जिन्हों भगत सिंह होर ने इतों फांसियां ते लटक के उन्होंने देश विच्चों बाहर कढ़िया आजादी दवाई देश नू वो आजादी के पिछे भी साडा वो किते ना किते जाके उन्हां दी भी आत्मा सोचदी हो कि असीं चंगा करिया जां माड़ा करिया ये साडे वास्ते बहुत ही दुखदाई गल है।